ਭਾਈ ਕਿੱਦਾਂ ਲੱਗੀ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਮਸਤ ਮੂਵੀ, ਬਿਲਕੁਲ ਬਹੁਤ ਵਧੀਆ ਮੈਸੇਜ ਸਰ, ਬਹੁਤ ਵਧੀਆ। ਚਾਚੇ ਵੀ ਜੇ ਜੋੜੀ ਦਿੱਤੇ ਕਰੋਗੇ ਸਪੈਸ਼ਲੀ ਗੁੱਗੂ ਗਿੱਲ ਜਿਹਨਾਂ ਨੇ ਇੱਕ ਕਮੇਡੀ ਨਾਲ ਜੁੜਨ ਪਹਿਲੀ ਅਸਲੀ ਗੁੱਗੂ ਗਿੱਲ ਦੀ। ਵੈਸੇ ਮੈਂ ਆਲਰੇਡੀ ਗੁੱਗੂ ਗਿੱਲ ਦਾ ਬਹੁਤ ਵੱਡਾ ਫੈਨ ਹੈ, ਉਹਨਾਂ ਦੀ ਜੋੜੀ ਬਹੁਤ ਵਧੀਆ ਲੱਗੀ, ਬਹੁਤ ਵਧੀਆ ਐਕਟਿੰਗ ਕੀਤੀ। ਐਵੇਂ ਜੋੜੀ ਤਾਨੀਆਂ ਦੀ ਜੋੜੀ ਬਹੁਤ ਵਧੀਆ ਲੱਗੀ ਜੀ। ਬੇਸਿਕਲੀ ਜੋ ਡਾਇਰੈਕਟਰ ਨੇ ਸਿਮਰਜੀਤ ਸਿੰਘ ਔਰ ਐਮੀ ਵਿਰਕ ਦੀ ਜੋ ਜੋੜੀ ਹੈ, ਉਹਨਾਂ ਨੇ ਪਹਿਲਾਂ ਵੀ ਬਹੁਤ ਹਿੱਟ ਫਿਲਮਾਂ ਦਿੱਤੀਆਂ ਜਿੱਦਾਂ ਅੰਗਰੇਜ਼, ਨਿੱਕਾ ਜੈਲਦਾਰ ਔਰ ਮਕਲਾਵਾ, ਤਾਂ ਇਹ ਮੂਵੀ ਵੀ ਸੁਪਰ ਹਿੱਟ ਆਈ। ਬਹੁਤ ਵਧੀਆ ਐਕਟਿੰਗ ਹੈ ਸਾਰਿਆਂ ਦੀ, ਬਹੁਤ ਵਧੀਆ ਲੱਗਿਆ ਜੀ। ਥੈਂਕ ਯੂ। ਸੋ ਬਾਈ ਕਿੱਦਾਂ ਲੱਗੀ? ਨਾਈਸ ਮੂਵੀ, ਬਹੁਤ ਅੱਛੀ ਮੂਵੀ, 5 out of 5। ਬਹੁਤ ਵਧੀਆ ਫੈਮਿਲੀ। ਸੋ ਵੀ ਕਿੱਦਾਂ ਲੱਗੀ ਗੁੱਗੂ ਗਿੱਲ ਭਾਜੀ? ਗੁੱਗੂ ਗਿੱਲ ਐਂਡ ਭਾਜੀ ਗੁੱਗੂ ਗਿੱਲ ਬਹੁਤ ਵੈਰੀ ਨਾਈਸ, ਬਹੁਤ ਵਧੀਆ, ਬਹੁਤ ਅੱਛੀ ਫਿਲਮ ਹੈ ਬਈ। ਔਰ ਗੁੱਗੂ ਗਿੱਲ ਦਾ ਲਾਈਫ ਦਾ ਵਨ ਆਫ ਦਾ ਬੈਸਟ ਰੋਲ ਹੈ, ਬਹੁਤ ਅੱਛਾ ਰੋਲ ਹੈ, ਔਰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ। ਥੈਂਕ ਯੂ। ਬਹੁਤ ਵਧੀਆ ਮੂਵੀ ਹੈ ਜੀ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਵਧੀਆ ਫਿਲਮ, ਬਹੁਤ ਵਧੀਆ ਫਿਲਮ, ਬਹੁਤ ਵਧੀਆ। ਨਹੀਂ ਨਹੀਂ ਭਾਜੀ, ਬਹੁਤ ਵਧੀਆ ਵਧੀਆ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ। ਓਏ ਮੱਖਣਾ ਵੇਖ ਕੇ ਵੀਰੇ, ਕੀ ਚੀਜ਼ ਬੈਸਟ ਲੱਗੀ? ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਮੂਵੀ, ਬਹੁਤ ਵਧੀਆ ਜੀ, ਬਹੁਤ ਸ਼ਾਨਦਾਰ ਮੂਵੀ ਹੈ, ਸਾਰਿਆਂ ਨੂੰ ਜ਼ਰੂਰ ਮੂਵੀ ਦੇਖਣੀ ਚਾਹੀਦੀ ਜੀ, ਬਹੁਤ ਵਧੀਆ ਮੂਵੀ ਬਣੀ ਹੈ ਸਰ। ਲਾਸਟ ਵਾਲਾ ਸੀਨ ਬਹੁਤ ਸ਼ਾਨਦਾਰ ਸੀ, ਬਹੁਤ ਵੈਰੀ ਵੈਰੀ ਗੁੱਡ, ਬਹੁਤ ਅੱਛੀ। ਹਾਂਜੀ ਹਾਂਜੀ ਹਾਂ, ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਸਭ ਨੂੰ ਦੇਖਣੀ ਚਾਹੀਦੀ ਹੈ, ਬਹੁਤ ਜ਼ਿਆਦਾ, ਬਹੁਤ ਅੱਛੀ, ਸਸਪੈਂਸ ਬਹੁਤ ਅੱਛਾ ਹੈ, ਮਸਟ ਵਾਚ। ਕਿੱਦਾਂ ਲੱਗੀ ਬੱਚੇ ਫਿਲਮ? ਬਹੁਤ ਅੱਛੀ ਲੱਗੀ। ਆਪ ਲੋਗ? ਮੈਂ ਦੋਨੋਂ ਕੀ, ਬਹੁਤ ਅੱਛੀ ਫਿਲਮ ਥੀ, ਸਭ ਕੋ ਦੇਖਣੀ ਚਾਹੀਏ, ਫੈਮਿਲੀ ਕੇ ਸਾਥ, ਫੈਮਿਲੀ ਕੇ ਸਾਥ ਜਾ ਕੇ ਦੇਖਣੀ ਚਾਹੀਏ, ਬਹੁਤ ਅੱਛੀ ਹੈ ਫਿਲਮ। ਸਭ ਬੈਸਟ ਪਾਰਟ ਤਾਂ ਕਿ ਉਸਨੇ ਪੇਰੈਂਟਸ ਕੀ ਆਪਣੀ ਵੋ ਚੀਜ਼ ਸਭ ਸੇ ਪਹਿਲੇ ਰੱਖੀ ਕਿ ਪੇਰੈਂਟਸ ਕੀ ਬਾਤ ਮਾਨਨੀ ਚਾਹੀਏ, ਸਭ ਸੇ ਬੈਸਟ। ਥੈਂਕ ਯੂ ਭਾਈ, ਕਿੱਦਾਂ ਲੱਗੀ? ਬਹੁਤ ਵਧੀਆ ਵੀਰੇ, ਬਹੁਤ ਵਧੀਆ, ਕਮਾਲ ਦੀ ਲੱਗੀ, ਮਤਲਬ ਕਹਿ ਸਕਦੇ ਕਿ ਅਲਟੀਮੇਟ ਨਜ਼ਾਰਾ ਆ ਗਿਆ, ਵਾਕਈ ਨਜ਼ਾਰਾ। ਕਿੱਦਾਂ ਲੱਗੀ? ਬਹੁਤ ਵਧੀਆ, ਮਸਟ, ਬਹੁਤ ਵਧੀਆ ਜੀ, ਬਾਰ ਬਾਰ ਦੇਖ ਸਕਦੇ ਹੋ ਤੁਸੀਂ, ਇਟਸ ਅ ਗੁੱਡ ਮੂਵੀ। ਕਿੱਦਾਂ ਲੱਗੀ ਬੱਚੇ? ਬਹੁਤ ਅੱਛੀ ਥੀ, ਆਲਵੇਸ ਫੇਵਰਿਟ। ਕਿੱਦਾਂ ਲੱਗੀ? ਬਹੁਤ ਵਧੀਆ ਸੀ ਯਾਰ, ਬਹੁਤ ਜ਼ਿਆਦਾ ਦੇਖ, ਬਹੁਤ ਬੜੀਆ ਮੂਵੀ ਹੈ, ਮੀਵਿਕ ਰੌਕਸ, ਬਹੁਤ ਵਧੀਆ ਜੀ, ਕਾਮੇਡੀ ਐਂਡ ਇਮੋਸ਼ਨਲ, ਬਹੁਤ ਹਾਂਜੀ 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 ਹਾਂਜੀ, ਬਹੁਤ ਬਹੁਤ ਅੱਛੀ, ਬਹੁਤ ਅੱਛੀ ਹੈ ਬੇਟਾ, ਬਹੁਤ ਚੜੂਗੀ ਹੈ ਮੂਵੀ। ਭਾਜੀ ਕਿੱਦਾਂ ਲੱਗੀ ਫਿਲਮ? ਮੂਵੀ ਮਖਣਾ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਮੂਵੀ, ਨਜ਼ਾਰਾ ਕਹਿ ਦਿੰਦੇ ਆ ਆਪਾਂ ਚੀਜ਼ ਆ ਗਿਆ ਨਾ, ਹਾਂ ਕਮੇਡੀ ਵੀ ਆ, ਸੀਰੀਅਸ ਵੀ ਆ ਥੋੜ੍ਹੀ ਜਿਹੀ, ਹੈ ਨਾ, ਬਹੁਤ ਵਧੀਆ ਮੂਵੀ, ਕਨਸੈਪਟ ਬਹੁਤ ਸਪੈਸ਼ਲ ਨਾ, ਕਮੇਡੀ ਆਪਾਂ ਪਹਿਲੀ ਵਾਰੀ ਵੇਖੀ ਉਹਨਾਂ ਦੀ, ਉਹਨਾਂ ਨੂੰ ਸਕਰੀਨ 'ਤੇ ਨਹੀਂ ਤਾਂ ਆਪਾਂ ਉਹਨਾਂ ਦੇ ਇੱਕ ਡਾਇਲੋਗ ਸੁਣਦੇ ਹੁੰਦੇ ਨਾ, ਨਹੀਂ ਬਹੁਤ ਬੰਬਾ ਐਕਟਿੰਗ ਦਾ, ਬਹੁਤ ਸੋਹਣਾ ਜੀ, ਪਿਆਰ ਹੋਇਆ ਫੈਮਿਲੀ ਦਾ, ਵੀ ਫੈਮਿਲੀ ਦੇ ਬੱਚੇ ਕਈ ਵਾਰੀ ਆਪਣੇ ਨਹੀਂ ਸਿਖਾਉਂਦੇ ਪੇਰੈਂਟਸ ਦੀ, ਹੈ ਨਾ, ਪਰ ਬਹੁਤ ਸੋਹਣੀ ਮੂਵੀ ਸੀਗੀ, ਮਜ਼ਾ ਆ ਗਿਆ ਜੀ ਵੇਖ ਕੇ। ਥੈਂਕ ਯੂ। ਸੋ ਕਿੱਦਾਂ ਲੱਗੀ? ਬਹੁਤ ਅੱਛੀ ਸੀ ਭਾਈ, ਜੀ ਜਾ ਰਹੇ ਆ ਗਏ, ਬਸ ਮੂਵੀ ਦੇਖੋ, ਵਧੀਆ ਐਂਟਰਟੇਨਿੰਗ ਹੈ, ਲਾਸਟ ਵਿੱਚ ਰੋਣਾ ਹੈ, ਹਾਂ ਵਧੀਆ ਘੈਂਟ ਆ ਮੂਵੀ, ਲਵ ਯੂ ਆਲ, ਜ਼ਰੂਰ ਫੋਲੋ ਕਰਿਓ, ਮੈਂ ਘੈਂਟ ਆ ਮੂਵੀ, ਤੁਸੀਂ ਸਾਰੀ ਮੂਵੀ ਦੇਖਿਓ ਜੋ ਤੁਸੀਂ ਸੋਚਦੇ ਹੋ, ਮੈਨੂੰ ਪਹਿਲਾਂ ਟ੍ਰੇਲਰ ਵੇਖਿਆ ਤਾਂ ਲੱਗਿਆ ਕਿ ਸਾਰੀ ਮੂਵੀ ਟ੍ਰੇਲਰ 'ਚ ਦਿਖਾਤੀ ਹੈ, ਪਰ ਬੜਾ ਕੋਈ ਡਿਫਰ ਆ ਵਿੱਚ, ਤੁਸੀਂ ਵੇਖੋ, ਨਹੀਂ ਘੈਂਟ ਘੈਂਟ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਮੂਵੀ ਭਾਜੀ, ਰੋਣਾ ਆ ਗਿਆ ਜੀ, ਰੋਣਾ ਦਾ ਸੀਨ ਆਇਆ ਸੀ, ਹਾਂ ਕੋਮੇਡੀ 'ਚ ਕੋਮੇਡੀ ਟਾਈਮ, ਇਮੋਸ਼ਨ ਪੂਰਾ ਇਮੋਸ਼ਨ, ਟੂ ਗੁੱਡ ਮੂਵੀ, ਟੂ ਗੁੱਡ ਮੂਵੀ, ਚਾਚੇ ਭਤੀਜੇ ਦਾ ਜਿਹੜਾ ਕਨੈਕਟ ਦਿਖਾਇਆ ਨਾ, ਉਹ ਸ਼ਾਇਦ ਨੋਰਮਲੀ ਫਾਦਰ ਅਤੇ ਬੇਟੇ ਦਾ ਹੁੰਦਾ, ਬਟ ਉਹ ਚਾਚੇ ਭਤੀਜੇ ਦਾ ਜਿਹੜਾ ਕਨੈਕਟ ਆ, ਟੂ ਗੁੱਡ, ਔਰ ਗੁੱਗੂ ਗਿੱਲ ਔਸਮ, ਅਲਟੀਮੇਟ 'ਚ ਇੱਕ ਨਵਾਂ ਏਰਾ ਸ਼ੁਰੂ ਹੋਇਆ ਪੰਜਾਬੀ ਮੂਵੀ ਦਾ, ਔਰ ਬਿਲਕੁਲ ਹਰ ਕਿਸੇ ਨੂੰ ਫੈਮਿਲੀ ਨਾਲ ਦੇਖਣੀ ਚਾਹੀਦੀ, ਬੜੀ ਦੇਰ ਬਾਅਦ ਇੱਕ ਫੈਮਿਲੀ ਮੂਵੀ, ਭਾਜੀ ਬਹੁਤ ਸੋਹਣੀ ਮੂਵੀ ਬਣਾਈ ਹੈ, ਅਤੇ ਇਮੋਸ਼ਨਸ ਦੀ ਜਿੱਥੇ ਜਿੱਥੇ ਲੋੜ ਸੀਗੀ ਉੱਥੇ ਉੱਥੇ ਪਾਏ, ਅਤੇ ਕੋਮੇਡੀ ਵੀ ਫੁੱਲ ਔਨ, ਗੁੱਗੂ ਗਿੱਲ ਭਾਜੀ ਨੂੰ ਫਸਟ ਟਾਈਮ ਅਸੀਂ ਇਸ ਇਹੋ ਜਿਹੇ ਕਰੈਕਟਰ ਦੇ ਵਿੱਚ ਦੇਖਿਆ, ਬੈਲੀਆਂ ਤੋਂ ਬਾਅਦ, ਬੈਲੀ ਪੁਣੇ ਤੋਂ ਬਾਅਦ ਉਹਨਾਂ ਨੇ ਜਿਹੜਾ ਇਮੋਸ਼ਨਲ ਕਰੈਕਟਰ ਕੀਤਾ, ਉਹ ਗੁੱਗੂ ਭਾਜੀ ਨੇ ਬੰਨ ਕੇ ਰੱਖਤੀ ਪਿਕਚਰ, ਅਤੇ ਐਮੀ ਭਾਜੀ ਦਾ ਤਾਂ ਕੰਮ ਸੀਗਾ ਹੀ, ਬਿਕੋਜ਼ ਕਿਉਂਕਿ ਉਹ ਮੇਨ ਐਕਟਰ ਸੀਗੇ, ਪਰ ਗੁੱਗੂ ਭਾਜੀ ਨੇ ਵੀ ਕੰਮ ਬਹੁਤ ਵਧੀਆ ਕੀਤਾ, ਬਾਕੀ ਸਾਰੇ ਐਕਟਰਾਂ ਦਾ ਬਹੁਤ ਵਧੀਆ ਕੰਮ ਸੀ। ਸੋ ਭਾਜੀ ਕਿੱਦਾਂ? ਸੋ ਫਾਈਨਲੀ ਆਪਾਂ ਰਿਵਿਊ ਲੈ ਲੈਣੇ ਜੀ ਉਹ ਮੱਖਣਾ ਦੇ, ਸੋ ਕਹਿ ਸਕਦੇ ਕਿ ਇੱਕ ਪਿਆਰੀ ਜੀ ਕਹਾਣੀ ਆ ਨਾ, ਕਿ
ਜਿੱਦਾਂ ਕਿ ਤੁਸੀਂ ਰਿਵਿਊਆਂ ਦੇ ਵਿੱਚ ਤੁਹਾਨੂੰ ਖੁਦ ਵੇਖ ਕੇ ਪਤਾ ਚੱਲ ਜਾਊਗਾ ਕਿ ਬਹੁਤ ਸਾਰੇ ਲੋਕਾਂ ਨੇ ਇਹ ਗੱਲਾਂ ਕਹੀਆਂ ਨੇ ਕਿ ਬਾਈ ਜੇ ਸਾਡਾ ਅੱਜ ਇੱਥੇ ਚਾਚੇ ਦੇ ਨਾਲ ਆਏ ਹੁੰਦੇ ਤਾਂ ਅਸੀਂ ਹੁਣ ਜੱਫੀ ਵਾਲੇ ਨੇ ਚਾਹੇ ਬੇਸ਼ੱਕ ਅਸੀਂ ਬੋਲਦੇ ਨਹੀਂ ਹੈਗੇ। ਸੋ ਇੱਕ ਕਹਾਣੀ ਇੰਨੀ ਕਮਾਲ ਦੀ ਆ, ਹੈ ਨਾ, ਜਿੱਥੇ ਤੁਹਾਨੂੰ ਕਹਾਣੀ ਕੋਮੇਡੀ ਦੇ ਨਾਲ ਜੋੜ ਕੇ ਰੱਖੇਗੀ, ਉੱਥੇ ਕਹਾਣੀ ਦੇ ਵਿੱਚ ਇਮੋਸ਼ਨ ਦੀ ਵੀ ਬਹੁਤ ਜ਼ਿਆਦਾ ਨੇ, ਹੈ ਨਾ, ਕਿ ਤੁਹਾਨੂੰ ਇੱਕ ਰਿਸ਼ਤਿਆਂ ਨੂੰ ਵੀ ਬਿਆਨ ਕਰੇਗੀ। ਸੋ ਮੈਂ ਕਹਿ ਸਕਦਾ ਕਿ ਇਹ ਫਿਲਮ ਦੇ ਲਈ ਜੇ ਮੈਂ ਸ਼ਬਦ ਦੀ ਗੱਲ ਕਰਾਂ, ਇੱਕ ਸ਼ਬਦ 'ਚ ਬਿਆਨ ਕਰਾਂ ਤਾਂ ਇਹ ਪੂਰਾ ਪਰਿਵਾਰ ਆ, ਔਰ ਪੂਰੇ ਪਰਿਵਾਰ ਦੇ ਨਾਲ ਫਿਲਮ ਵੇਖਣ ਵਾਲੀ ਆ, ਉਹ ਇਹ ਮੱਖਣਾ।